ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ, ਤੁਸੀਂ ਸਭ ਆਖੋ ਵੀ ਜਾਣਦੇ ਹੋ ਕਿ ਹਾਲ ਹੀ ਦੇ ਵਿੱਚ ਫਤਿਹਵੀਰ ਦੇ ਨਾਲ ਜੋ ਕੁਝ ਹੋਇਆ ਉਹ ਬਹੁਤ ਦਰਦਨਾਕ ਸੀ। ਇੱਕ ਬੋਰਵੈਲ ਦੇ ਵਿੱਚ ਗਿਰਨ ਦੇ ਨਾਲ 2 ਸਾਲਾ ਬੱਚੇ ਦੀ ਦਰਦਨਾਕ ਮੌਤ ਹੋਈ ਤੇ ਫਤਿਹਵੀਰ ਆਪਣੀ ਜ਼ਿੰਦਗੀ ਤੇ ਫਤਿਹ ਨਹੀਂ ਪਾ ਸਕਿਆ। ਇਸ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਸਾਰੇ ਹੀ ਜ਼ਿਲ੍ਹਿਆਂ ਦੇ DC ਸਾਹਿਬਾਨਾਂ ਨੂੰ ਇਹ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ, ਇਲਾਕੇ ਦੇ ਵਿੱਚ ਕੋਈ ਵੀ ਬੋਰਵੈਲ, ਕੋਈ ਵੀ ਖੱਡਾ ਖੁੱਲ੍ਹਾ ਨਹੀਂ ਹੋਣਾ ਚਾਹੀਦਾ ਜੋ ਕਿਸੇ ਵੀ ਘਟਨਾ ਦਾ ਸਬਬ ਬਣ ਸਕੇ। ਪਰ ਅਜਨਾਲਾ ਪ੍ਰਸ਼ਾਸਨ ਇਸ ਸਾਰੀ ਘਟਨਾਕ੍ਰਮ ਨੂੰ ਦੇਖਦਿਆਂ ਹੋਇਆਂ ਵੀ ਸੁੱਤਾ ਹੋਇਆ ਨਜ਼ਰ ਆਉਂਦਾ ਹੈ। ਪ੍ਰਸ਼ਾਸਨ ਫੇਲ ਨਜ਼ਰ ਆਉਂਦਾ ਹੈ ਕਿਉਂਕਿ ਅਜਨਾਲਾ ਦੇ ਕੁਝ ਪੱਤਰਕਾਰਾਂ ਵੱਲੋਂ ਜਦੋਂ ਸੜਕਾਂ ਅਤੇ ਨੇੜੇ ਤੇੜੇ ਦੇ ਇਲਾਕੇ ਦਾ ਮੁਆਇਨਾ ਕੀਤਾ ਗਿਆ, ਜਾਇਜ਼ਾ ਲਿੱਤਾ ਗਿਆ, ਤਾਂ ਅਜਨਾਲਾ ਅੰਮ੍ਰਿਤਸਰ ਮੇਨ ਰੋਡ ਦੇ ਉੱਤੇ ਹੀ 1/2 ਕਿਲੋਮੀਟਰ ਦੇ ਇਲਾਕੇ ਦੇ ਵਿੱਚ ਤਕਰੀਬਨ 3 ਤੋਂ 4 ਅਜਿਹੇ ਵੱਡੇ ਵੱਡੇ ਖੱਡੇ ਸਨ ਜੋ ਕਿਸੇ ਵੇਲੇ ਕਿਸੇ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦੇ ਨੇ। ਤੇ ਜੇਕਰ ਉੱਥੇ ਨੇੜੇ ਤੇੜੇ ਦੇ ਇਲਾਕਾ ਵਾਸੀਆਂ ਦੀ ਗੱਲ ਕਰੀਏ ਤਾਂ ਇਲਾਕਾ ਵਾਸੀਆਂ ਨੇ ਕੋਈ ਗੱਲ ਕਹੀ ਕਿ ਉਹਨਾਂ ਨੇ ਪ੍ਰਸ਼ਾਸਨ ਤੱਕ ਬਹੁਤ ਵਾਰ ਗੁਹਾਰ ਲਗਾਈ ਹੈ, ਬਹੁਤ ਵਾਰ ਪਹੁੰਚ ਕੀਤੀ ਹੈ ਕਿ ਇਹਨਾਂ ਖੱਡਿਆਂ ਨੂੰ ਬੰਦ ਕੀਤਾ ਜਾਵੇ ਕਿਉਂਕਿ ਆਏ ਦਿਨ ਇਹ ਖੱਡੇ ਕਿਸੇ ਨਾ ਕਿਸੇ ਦੁਰਘਟਨਾ ਦਾ ਕਾਰਨ ਬਣਦੇ ਨੇ। ਆਮ ਲੋਕ ਤਾਂ ਆਮ ਲੋਕ, ਆਏ ਦਿਨ ਕੋਈ ਨਾ ਕੋਈ ਜਾਨਵਰ ਇਹਨਾਂ ਡੂੰਘੇ ਖੱਡਿਆਂ ਦੇ ਵਿੱਚ ਡਿੱਗਿਆ ਹੁੰਦਾ ਹੈ ਜਿਹਨਾਂ ਨੂੰ ਲੱਖ ਮੁਸ਼ਕਤ ਤੋਂ ਬਾਅਦ ਬਾਹਰ ਕੱਢਿਆ ਜਾਂਦਾ ਹੈ। ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਵੀ ਅਜਨਾਲਾ ਪ੍ਰਸ਼ਾਸਨ ਸੁੱਤਾ ਹੋਇਆ ਹੈ। ਕਦੇ ਕੋਈ ਪੁੱਟੇ ਨਾ, ਉਹ ਤੇ ਆਪਾਂ ਸਾਰਿਆਂ ਨੂੰ ਪਤਾ ਵੀ ਬੜੇ ਖਤਰਨਾਕ ਨੇ, ਇਹਦੇ ਵਿੱਚ ਨੇਤਾ ਹਾਦਸੇ ਹੁੰਦੇ ਨੇ। ਔਰ ਡਿਪਾਰਟਮੈਂਟ ਕੀ ਕਰਦਾ ਵੀ ਟੋਆ ਪੁੱਟਦਾ ਵਾ, ਜੇ ਕਿਸੇ ਰਿਪੇਅਰ ਵਾਸਤੇ ਜਾਂ ਕਿਸੇ ਹੋਰ ਕੰਮ ਵਾਸਤੇ ਟੋਆ ਪੁੱਟਦਾ ਤੇ ਟੋਆ ਪੁੱਟ ਕੇ ਖੁੱਲ੍ਹਾ ਛੱਡ ਕੇ ਚਲੇ ਜਾਂਦਾ। ਆਹ ਤੁਸੀਂ ਦੇਖਿਆ ਪਿਛਲੇ ਦਿਨੀ ਇੱਥੇ ਅੰਮ੍ਰਿਤਸਰ ਦੇ ਲਾਗੇ ਰਾਮਤੀਰਥ ਰੋਡ 'ਤੇ ਮਾਲੀ, ਉੱਥੇ ਵੀ ਇਸੇ ਟੋਏ ਦੇ ਵਿੱਚ ਸਿੱਧੀ ਗੱਡੀ ਆ ਕੇ ਡਿੱਗੀ ਸੀ, ਇੱਕ ਸਕੂਟਰ ਵੀ ਡਿੱਗਾ। ਔਰ ਇੱਥੇ ਨਾਲੇ ਦੇ ਵਿੱਚ ਵੀ ਟੋਏ ਪੁੱਟੇ ਨੇ ਬੜੀ ਜਗ੍ਹਾ 'ਤੇ, ਔਰ ਲੋਕ ਕਈ ਸੈਰ ਕਰਨ ਵਾਲੇ ਤੜਕੇ ਜਾਂ ਸ਼ਾਮ ਨੂੰ ਸੈਰ ਕਰਦੇ ਨੇਰ 'ਚ, ਉਹ ਵੀ ਡਿੱਗਦੇ ਟੋਇਆਂ 'ਚ। ਔਰ ਇੱਦਾਂ ਗੱਡੀਆਂ ਲਾਗੋ ਲੱਗਣ ਲੱਗੀਆਂ, ਗੱਡੀਆਂ ਵੀ ਡਿੱਗਦੀਆਂ ਟੋਇਆਂ ਦੇ ਵਿੱਚ, ਬਹੁਤ ਹਾਦਸੇ ਹੁੰਦੇ ਨੇ। ਪਰ ਮੈਂ ਗੱਲ ਆ ਤੁਹਾਨੂੰ ਕਰਨੀ ਚਾਹੁੰਦਾ ਵੀ ਇਕੱਲੀ ਇਹਨਾਂ ਟੋਇਆਂ ਦੀ ਆਪਾਂ ਗੱਲ ਨਾ ਕਰੀਏ ਵੀ ਜੇ ਸੜਕਾਂ 'ਤੇ ਟੋਏ ਪੁੱਟੇ ਆ। ਆਹ ਸਾਡੇ ਪੰਜਾਬ 'ਚ ਹੋਣ ਕੀ ਰਿਹਾ, ਪੂਰੇ ਦੇਸ਼ ਦੇ ਵਿੱਚ ਕੀ ਹੋਣ ਰਿਹਾ? ਆਹ ਪਿਛਲੇ ਦਿਨ ਬੱਚਾ ਡਿੱਗਾ ਫਤਿਹਵੀਰ, 6 ਦਿਨ ਬਾਅਦ ਉਹਨੂੰ ਕੱਢਿਆ ਬੋਰਵੈਲ ਦੇ ਵਿੱਚੋਂ। ਅਤੇ ਉਹ ਕੀ ਆ, ਆਪਾਂ ਕਹਿੰਦੇ ਹਾਂ ਡਿਜੀਟਲ ਇੰਡੀਆ, ਦੇਸ਼ ਅੱਗੇ ਵੱਧ ਰਿਹਾ ਹੈ, ਕੀ ਦੇਸ਼ ਅੱਗੇ ਵੱਧ ਰਿਹਾ ਹੈ? ਮੈਂ ਪੁੱਛਣਾ ਚਾਹੁੰਦਾ ਸਰਕਾਰ ਤੋਂ ਵੀ ਕਿੱਥੇ ਦੇਸ਼ ਅੱਗੇ ਵੱਧ ਰਿਹਾ ਹੈ ਜੇ ਬੱਚਾ ਬੋਰਵੈਲ ਜਦੋਂ ਡਿੱਗਦਾ ਅਤੇ 6 ਦਿਨ ਬਾਅਦ ਉਹਦੀ ਆਪਾਂ ਲੋਕੇਸ਼ਨ ਨਹੀਂ ਟਰੇਸ ਕਰ ਸਕਦੇ? ਜੇ ਉੱਥੇ ਆਪਣਾ ਜਹਾਜ਼ ਜਿਹੜਾ ਆਰਮੀ ਦਾ ਅਸਾਮ ਦੇ ਵਿੱਚ ਚੜਿਆ, ਉਹ ਡਿੱਗਿਆ, ਪੂਰੇ ਭਾਰਤ ਦੇ ਵਿੱਚ ਹੀ ਡਿੱਗਿਆ, ਅਤੇ 9 ਦਿਨ ਬਾਅਦ ਸਾਨੂੰ ਉਹਦਾ ਮਲਬਾ ਦਿਖਿਆ ਮਾੜਾ ਜਿਹਾ ਵੀ 9 ਦਿਨ ਬਾਅਦ ਕਿ ਸਾਡਾ ਜਹਾਜ਼ ਡਿੱਗ ਪਿਆ। ਸੂਰਤ ਦੇ ਵਿੱਚ ਸਾਡੇ ਜਿਹੜੇ ਬੱਚੇ ਪੜ੍ਹਨ ਵਾਲੇ ਆ, ਉਹ 21 ਬੱਚੇ ਸਾਡੇ 17-18 ਸਾਲ ਦੇ ਉਮਰ ਦੇ, ਉਹ 3 ਮੰਜ਼ਿਲ ਤੋਂ ਛਾਲਾ ਮਾਰ ਕੇ ਮਰਨਾ ਪਿਆ। ਫਾਇਰ ਬ੍ਰਿਗੇਡ ਦੇ ਕੋਲ 30 ਫੁੱਟ ਪੌੜੀ ਨਹੀਂ ਹੈਗੀ। ਅਤੇ ਡਿਜੀਟਲ ਇੰਡੀਆ, ਇੰਡੀਆ ਅੱਗੇ ਵੱਧ ਰਿਹਾ ਹੈ, ਕਿਹੋ ਜਿਹਾ ਦੇਸ਼ ਆ? ਸਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਕੀ ਬਣਦੇ ਆਪਣੇ ਇਸ ਦੇਸ਼ ਦੇ ਵਿੱਚ। ਕੋਈ ਕਿਸੇ ਨੂੰ ਪੁੱਛਣ ਵਾਲਾ ਨਹੀਂ, ਕੋਈ ਕਿਸੇ ਨੂੰ ਦੱਸਣ ਵਾਲਾ ਨਹੀਂ। ਸਭ ਜਦੋਂ ਕੋਈ ਹਾਦਸਾ ਵਾਪਰ ਜਾਂਦਾ ਉਦੋਂ ਬਾਅਦ 'ਚ ਉਹਦੇ ਉੱਤੇ ਸਾਰੀ ਜਿਹੜੀ ਪ੍ਰਤੀਕਿਰਿਆ ਆਉਂਦੀ ਆ, ਲੇਕਿਨ ਜਦੋਂ ਪਹਿਲਾਂ ਸਾਨੂੰ ਪਤਾ ਲੱਗਦਾ ਵੀ ਹਾਦਸਾ ਵਾਪਰਨਾ ਇੱਥੇ, ਆ ਜਿਹੜਾ ਕੰਮ ਕਰਨੇ ਜਿਹੜਾ ਕੁਝ ਵੀ ਹੋ ਸਕਦਾ, ਉਦੋਂ ਆਪਾਂ ਪਹਿਲਾਂ ਕਿਉਂ ਸੁੱਤੇ ਰਹਿੰਦੇ ਹਾਂ? ਕਿਉਂ ਨਹੀਂ ਆਪਾਂ ਕਰਦੇ? ਬੋਰਵੈਲ ਜਿੰਨੇ ਪੰਜਾਬ ਦੇ ਵਿੱਚ ਨੇ ਸਾਰੇ ਪਹਿਲਾਂ ਕਿਉਂ ਨਹੀਂ ਬੰਦ ਕਰਾਏ? ਜਦੋਂ ਹਰਿਆਣੇ ਦੇ ਵਿੱਚ ਪ੍ਰਿੰਸ ਡਿੱਗਾ ਸੀ ਉਦੋਂ ਤੋਂ ਲੈ ਕੇ 6-8-10 ਘਟਨਾਵਾਂ ਹੋ ਚੁੱਕੀਆਂ ਬੋਰਵੈਲ ਦੀਆਂ। ਕੀ ਉਦੋਂ ਸਰਕਾਰ ਨੂੰ ਨਹੀਂ ਪਤਾ ਵੀ ਅਸੀਂ ਬੋਰਵੈਲ ਬੰਦ ਕਰਾਉਣੇ ਆ? ਲੇਕਿਨ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ ਸਰਕਾਰ ਦਾ ਜਾਂ ਕਿਸੇ ਨੁਮਾਇੰਦੇ ਦਾ ਜਾਂ ਕਿਸੇ ਵੱਡੇ ਅਫਸਰ ਦਾ ਲੋਕਾਂ ਵੱਲ ਜਾਂ ਲੋਕਾਂ ਦੀ ਸਹੂਲਤ ਵੱਲ ਕੋਈ ਧਿਆਨ ਨਹੀਂ ਹੈਗਾ। ਸਿਰਫ ਅਤੇ ਸਿਰਫ ਆਪਣੀ ਲੀਡਰ ਚਮਕਾਉਂਦੀਆਂ ਸਰਕਾਰਾਂ ਆਪਣੀ ਸਰਕਾਰਾਂ ਨੂੰ ਚਲਾਉਣੀਆਂ ਹੁੰਦੀਆਂ ਨੇ, ਅਤੇ ਜਿਹੜੇ ਅਫਸਰ ਉਹ ਆਪਣੇ ਉਸੇ ਦੇ ਆਰਾਮ ਨਾਲ ਬੈਠੇ ਆ। ਕਿਸੇ ਜਨਤਾ ਦਾ, ਗਰੀਬ ਬੰਦੇ ਦਾ ਕਿਸੇ ਨੂੰ ਕੋਈ ਫਿਕਰ ਨਹੀਂ, ਤਾਂ ਹੀ ਤਾਂ ਗਰੀਬ ਭਾਰਤ ਦੇ ਸਭ ਤੋਂ ਪਹਿਲਾਂ ਮਰਦਾ।
ਅਸੀਂ ਸਰਕਾਰ ਤੋਂ ਇਹ ਮੰਗ ਕਰਨੀ ਚਾਹੁੰਦੇ ਹਾਂ ਵੀ ਪਹਿਲੀ ਤਾਂ ਗੱਲ ਹੈ ਵੀ ਸੜਕ ਦੇ ਲਾਗੇ ਟੋਏ ਪੁੱਟੇ ਨਾ ਜਾਣ, ਜੇ ਟੋਏ ਪੁੱਟਣੇ ਆ ਤਾਂ ਉਦੋਂ ਹੀ ਟੋਇਆ ਪੁੱਟ ਕੇ ਉਸੇ ਵੇਲੇ ਹੀ ਉਹਦਾ ਕੰਮ ਖਤਮ ਕਰਕੇ ਅਤੇ ਉਹ ਟੋਏ ਨੂੰ ਬਿਲਕੁਲ ਸਾਫ਼ ਕੀਤਾ ਜਾਵੇ। ਅਤੇ ਜੇ ਇਹਨਾਂ ਨੇ ਇਹੋ ਕੰਮ ਹੀ ਕਰਨਾ ਟੋਏ ਪੁੱਟਣੇ ਤਾਂ ਸੜਕ ਦੇ ਨਾਲ ਨਾ ਪੁੱਟੇ ਜਾਣ, ਘੱਟ ਤੋਂ ਘੱਟ ਸੜਕ ਤੋਂ 10-15 ਫੁੱਟ ਹਟਵੇਂ ਟੋਏ ਪੁੱਟੇ ਜਾਣ ਜਿਹਦੇ ਨਾਲ ਕਿਸੇ ਦਾ ਕੋਈ ਨੁਕਸਾਨ ਨਾ ਹੋ ਸਕੇ। ਇਹ ਸਾਡੀ ਸਰਕਾਰ ਤੋਂ ਮੰਗ ਹੈ। ਮੇਰਾ ਮਸਲਾ ਇਹ ਵਾਹਿਗੁਰੂ ਜੀ ਕਾ ਖਾਲਸਾ, ਮੇਰਾ ਨਾਮ ਬਲਰਾਜ ਸਿੰਘ ਹੈ, ਮੇਰਾ ਪਿੰਡ ਕੋਟਕਪੂਰ ਹੈ। ਅਸੀਂ ਵੀਰ ਜੀ ਡੇਲੀ ਅਜਨਾਲੇ ਆਉਂਦੇ ਹਾਂ, ਤਕਰੀਬਨ ਸਾਡਾ ਗੇੜਾ ਹੁੰਦਾ ਕੰਮਾਂ ਕਾਰਾਂ ਨੂੰ ਤੁਸੀਂ ਦੇਖ ਜਾ ਰਹੀ ਹਾਂ। ਮੈਂ ਸਾਬਕਾ ਸਰਪੰਚ ਵੀ ਹਾਂ, ਬਲਾਕ ਕਮੇਟੀ ਸਾਬਕਾ ਮੈਂਬਰ। ਅਤੇ ਬੇਨਤੀ ਹੈ ਕਿ ਸੜਕਾਂ ਦੇ ਵਿੱਚ ਜਿਹੜੇ ਟੋਏ ਪੁੱਟੇ ਜਾਂਦੇ ਉਹ ਕਿਸੇ ਨਾ ਘਟਨਾ ਵਾਪਰ ਸਕਦੀ ਆ, ਕਿਹੜਾ ਟਰੈਫਿਕਾਂ ਜਾਮ ਹੁੰਦੀਆਂ ਨੇ, ਲੋਕ ਸੜਕਾਂ ਦੇ ਵਿੱਚ ਟੋਇਆਂ ਦੇ ਵਿੱਚ ਜਾ ਕੇ ਡਿੱਗਦੇ ਆ। ਅਤੇ ਇਹ ਕਿਰਪਾ ਕਰਦੇ ਕਰਕੇ ਸਰਕਾਰ ਨੂੰ ਇਹ ਸਭ ਤੋਂ ਪਹਿਲਾਂ ਤਾਂ ਇਹ ਧਿਆਨ ਦੇਣਾ ਜਿਹਦਾ ਕਿ ਮੇਰਾ ਵੋਟਾਂ ਵਟੋਰ ਨਾਲ ਨਾ ਧਿਆਨ ਦੇਣ, ਇਸ ਗੱਲ ਵੱਲ ਧਿਆਨ ਦੇਣ, ਕੰਮਾਂ ਵੱਲ ਧਿਆਨ ਦੇਣ। ਲੋਕਾਂ ਨੇ ਚੁਣ ਕੇ ਇਹਨੂੰ ਅੱਗੇ ਭੇਜਿਆ, ਲੋਕਾਂ ਨੇ ਕੰਮਾਂ ਵਾਸਤੇ ਭੇਜਿਆ, ਲੋਕਾਂ ਨੇ ਸਿਆਸਤ ਕਰਨ ਵਾਸਤੇ ਨਹੀਂ। ਕੋਈ ਮੁੱਦਾ ਫੜ ਲਿਆ ਤਾਂ ਬਸ ਉਹ 'ਤੇ ਸਿਆਸਤ ਕਰੀ ਜਾਂਦੇ ਨੇ, ਜਾਂ ਮੁੱਦਾ ਫੜ ਲਿਆ ਉਹਦਾ ਉਹ ਸਿਆਸਤ ਕਰੀ ਜਾਂਦਾ। ਇਸ ਗੱਲ ਵੱਲ ਤਾਂ ਕਿਸੇ ਦਾ ਧਿਆਨ ਹੀ ਨਹੀਂ ਵੀ ਲੋਕਾਂ ਦੇ ਕੰਮ ਵੀ ਕਰਨੇ, ਬਸ ਟਾਈਮ 'ਤੇ ਟਾਈਮ ਆਉਂਦੇ ਆ, ਵੋਟਾਂ ਲੈਣ ਦੇ ਟਾਈਮ ਹੀ ਆਉਂਦੇ ਆ ਅਤੇ ਲੈ ਕੇ ਅਤੇ ਮੁੜ ਕੇ ਬਸ ਚੱਲ ਜਾਂਦੇ ਆ। ਅਸੀਂ ਇਹੋ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਟੋਇਆਂ ਵੱਲ ਧਿਆਨ ਦੇਣ, ਲੋਕਾਂ ਵੱਲ ਧਿਆਨ ਦੇਣ, ਲੋਕਾਂ ਦੇ ਮੁੱਦਿਆਂ ਵੱਲ ਧਿਆਨ ਦੇਣ, ਕਿਰਪਾ ਕਰਕੇ। ਕੀ ਚਾਹੁੰਦੇ ਕੀ ਤੁਸੀਂ? ਅਸੀਂ ਕਹਿੰਦੇ ਤੁਰੇ ਜਾਣ, ਗੱਡੀਆਂ ਡਿੱਗ ਜਾਂਦੀਆਂ, ਗੱਡੀਆਂ ਡਿੱਗ ਜਾਂਦੀਆਂ, ਸਭ ਕੁਝ ਡਿੱਗ ਜਾਂਦੇ, ਬੜੇ ਲੋਕਾਂ ਨੂੰ ਨੁਕਸਾਨ ਹੁੰਦਾ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਰਕਾਰ ਬਹੁਤ ਲਾਪਰਵਾਹ ਕੰਮ ਕਰ ਰਹੀ ਹੈਗੀ ਆ। ਇਹ 'ਚ ਕਈ ਵਾਰ ਦੇਖੇ ਬੱਚੇ ਡਿੱਗ ਪੈਂਦੇ ਨੇ, ਜਾਨਵਰ ਡਿੱਗ ਪੈਂਦੇ, ਕੁੱਤੇ ਡਿੱਗ ਪੈਂਦੇ ਨੇ, ਕਈ ਇਨਸਾਨਾਂ ਦੀ ਗੱਡੀਆਂ ਵੀ ਡਿੱਗ ਪਈਆਂ ਨੇ, ਟੁੱਟ ਭੱਜ ਗਈਆਂ ਨੇ। ਰਾਤ ਨੂੰ ਸੈਕਣ ਵਾਸਤੇ ਕੋਈ ਆਂਡਾ ਉਹ ਵੀ ਵਿੱਚ ਡਿੱਗ ਸਕਦਾ। ਇਸ ਲਈ ਸਰਕਾਰ ਅੱਗੇ ਸਾਡੀ ਬੇਨਤੀ ਆ ਕਿ ਆਪਣਾ ਜੇ ਕੰਮ ਧਿਆਨ ਨਾਲ ਕਰੇ ਅਤੇ ਪਬਲਿਕ ਨੂੰ ਸਭ ਤੋਂ ਜ਼ਿਆਦਾ ਯਾਨੀ ਕਿ ਸਹੂਲਤਾਂ ਦਿੱਤੀਆਂ ਜਾਣ, ਅਤੇ ਸਾਡੀ ਇਹੀ ਬੇਨਤੀ ਹੈਗੀ ਆ ਅਤੇ ਜਲਦ ਤੋਂ ਜਲਦੀ ਇਹਦੀ ਵੀ ਹਾਲ। ਗੁਰਪਿਆਰੋ, ਗੱਲ ਚਾਹੇ ਅਜਨਾਲਾ ਪ੍ਰਸ਼ਾਸਨ ਦੀ ਹੋਵੇ ਜਾਂ ਕਿਸੇ ਹੋਰ ਜ਼ਿਲ੍ਹੇ ਦੀ, ਸਰਕਾਰਾਂ ਦਾ ਪਹਿਲਾ ਫਰਜ਼ ਬਣਦਾ ਹੈ ਕਿ ਕੋਈ ਵੀ ਸੜਕਾਂ ਦੇ ਨੇੜੇ ਤੇੜੇ ਜਾਂ ਪਿੰਡਾਂ ਦੇ ਵਿੱਚ, ਗਲੀਆਂ ਦੇ ਵਿੱਚ ਅਜਿਹੀਆਂ ਥਾਵਾਂ ਨਾ ਖੁੱਲੀਆਂ ਹੋਣ ਜਿਸ ਦੇ ਵਿੱਚ ਗਿਰਨ ਦੇ ਨਾਲ ਕੋਈ ਵੀ ਅਜਿਹੀ ਦਰਦਨਾਕ ਘਟਨਾ ਵਾਪਰ ਸਕੇ ਜਿੱਦਾਂ ਫਤਿਹਵੀਰ ਦੇ ਨਾਲ ਵਾਪਰੀ। ਤੇ ਨਾਲ ਹੀ ਸਰਕਾਰ ਨੂੰ ਹੁਣ ਚਾਹੀਦਾ ਹੈ ਕਿ ਉਹਨਾਂ ਅਫਸਰਾਂ ਦੇ ਖਿਲਾਫ਼ ਵੀ ਕੜੀ ਕਾਰਵਾਈ ਕੀਤੀ ਜਾਵੇ ਜੋ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਦਾ ਉਲੰਘਣ ਕਰਦੇ ਨੇ, ਉਹਨਾਂ ਨੂੰ ਫੋਲੋ ਨਹੀਂ ਕਰਦੇ। ਕਿਉਂਕਿ ਗੱਲ ਸਿਰਫ ਇੱਕ ਫਤਿਹਵੀਰ ਦੀ ਨਹੀਂ ਹੈ, ਗੱਲ ਪੰਜਾਬ ਦੇ ਬੱਚੇ ਬੱਚੇ ਦੀ ਹੈ, ਪੰਜਾਬ ਦੀ ਆਵਾਮ ਦੀ ਹੈ, ਉਹਨਾਂ ਬੇਜ਼ੁਬਾਨਾਂ ਦੀ ਹੈ ਜੋ ਖੱਡਿਆਂ ਵਿੱਚ ਡਿੱਗ ਕੇ ਮੂੰਹੋਂ ਬੋਲ ਕੇ ਦੱਸ ਵੀ ਨਹੀਂ ਸਕਦੇ ਕਿ ਅਸੀਂ ਖੱਡੇ 'ਚ ਡਿੱਗੇ ਪਏ ਹਾਂ। ਇਸ ਲਈ ਇੱਕ ਚੰਗੇ ਨਾਗਰਿਕ ਹੋਣ ਦੇ ਨਾਤੇ ਆਵਾਮ ਤੋਂ ਵੀ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਉਹ ਪ੍ਰਸ਼ਾਸਨ ਦੀ ਅੱਖਾਂ ਖੋਲ੍ਹਣ ਵਾਸਤੇ ਹਮੇਸ਼ਾ ਤਤਪਰ ਰਹਿਣਗੇ ਅਤੇ ਜਿੱਥੇ ਵੀ ਜੋ ਵੀ ਪੁਲਿਸ ਅਧਿਕਾਰੀ ਹੋਵੇ ਜਾਂ ਕੋਈ ਹੋਰ ਵੱਡਾ ਅਹੁਦੇਦਾਰ ਅਫਸਰ, ਜੇਕਰ ਉਹ ਆਪਣੇ ਫਰਜ਼ ਪੂਰੀ ਤਰ੍ਹਾਂ ਨਾਲ ਨਹੀਂ ਨਿਭਾਉਂਦੇ ਤਾਂ ਉਹਨਾਂ ਦੇ ਖਿਲਾਫ਼ ਵੀ ਤੁਸੀਂ ਮੋਰਚਾ ਖੋਲ੍ਹਣ ਲੱਗਿਆਂ ਦੇਰ ਨਹੀਂ ਲਗਾਓਗੇ। ਕਿਉਂਕਿ ਜੇ ਅੱਜ ਅਸੀਂ ਇਹਨਾਂ ਦੀਆਂ ਅੱਖਾਂ ਨਾ ਖੋਲ੍ਹੀਆਂ ਤਾਂ ਕੱਲ੍ਹ ਹੋ ਸਕਦਾ ਹੈ ਕਿ ਜੋ ਘਟਨਾ ਸੰਗਰੂਰ ਦੇ ਵਿੱਚ ਵਾਪਰੀ ਫਤਿਹਵੀਰ ਸਿੰਘ ਦੇ ਨਾਲ, ਉਹ ਘਟਨਾ ਕਿਸੇ ਸਾਡੇ ਆਪਣੇ ਦੇ ਨਾਲ ਨਾ ਵਾਪਰੇ। ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਗੁਰਬਾਣੀ ਅਖੰਡ ਬਾਣੀ ਵਾਸਤੇ ਅਜਨਾਲਾ ਤੋਂ ਜਗਜੀਤ ਸਿੰਘ, ਅਜਨਾਲਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।